ਕੁਸਤਕ ਕਾਨੂੰਨ ਦੀਆਂ ਕਲਾਬਾਜ਼ੀਆਂ ਦੀ ਕਹਾਣੀ ਹੈ ਤੂਫਾ ਹਰਿਆਉ ਟਾਂਡੀਆਂ ਖੇਤੋਂ ਖੇਤ ਫਸਲੋਂ ਫਸਲ ਮੂੰ ਮਾਰਦੀਆਂ ਫਿਰਦੀਆਂ ਹਨ ਵਨ ਸੁਵੰਤਾ ਦੇ ਪੱਖੋਂ ਜ਼ਰੂਰ ਕਿੱਲੇ ਬੱਧੀਆਂ ਨਾਲੇ ਮਜ਼ੇ 'ਚ ਰਹਿੰਦੀਆਂ ਹੋਣਗੀਆਂ ਪਰ ਇਸ ਅਵੱਲੇ ਸ਼ੌਕ ਦੇ ਬਦਲੇ ਉਹਨਾਂ ਨੂੰ ਕਈ ਵਾਰੀ ਪੁੜੇ ਕਟਵਾਣੇ ਤੇ ਗਿੱਟੇ ਛੰਗਵਾਉਣੇ ਵੀ ਪੈ ਜਾਂਦੇ ਹੈ ਇਹੋ ਹਾਲ ਪੁਰਸ਼ਾਂ ਇਸਤਰੀਆਂ ਦੇ ਜਿੰਸੀ ਸਬੰਧਾਂ ਦਾ ਹੈ ਇੰਨੇ ਫਰਕ ਨਾਲ ਕਿ ਜਿਹੜਾ ਮੁੱਲ ਉਹ ਚੁਕਾਉਂਦੇ ਐ ਉਹ ਹੋਰ ਵੀ ਮਹਿੰਗਾ ਹੁੰਦਾ। ਅਮੋਲਕ ਸਿੰਘ ਦੀਆਂ ਬਾਹਾਂ 'ਚ ਸਵਿੱਤਰੀ ਨੇ ਪ੍ਰਵੇਸ਼ ਕੀਤਾ ਤਾਂ ਉਹਨੂੰ ਫ਼ਾਸਲਾ ਹੋਏਗਾ ਕਿ ਦੰਮਾਂ ਦਾ ਕੰਮਾਂ ਦਾ ਨਹੀਂ ਰੂਹਾਂ ਦਾ ਸੌਦਾ ਹੈ। ਜੇ ਲੋਭਣ ਲਾਲਚਣ ਹੁੰਦੀ ਕਿਸੇ ਧਨਾੜ ਨਾਲ ਅੱਖਾਂ ਲੜਾਉਂਦੀ ਉਹਨੂੰ ਭਲੀ ਭਾਂਤ ਪਤਾ ਹੈ ਮੇਰੇ ਕੋਲ ਲੈਣ ਦੇਣ ਲਈ ਕੁਝ ਨਹੀਂ। ਇਸ ਲਈ ਬਿਨਾਂ ਸਵਾਰਥ ਦੇ ਸੱਚੇ ਸੁੱਚੇ ਪਿਆਰ ਨਾਲ ਹੀ ਮੈਨੂੰ ਨਿਵਾਜ ਰਹੀ ਹੈ। ਸ਼ਾਇਦ ਸਵੇਤਰੀ ਨੇ ਕਦੇ ਕੋਈ ਅਜਿਹੀ ਮੰਗੋ ਦੇ ਕੋਲ ਨਾ ਪਾਈ ਹੋਵੇ ਜਿਹਦੇ ਨਾਲ ਉਹਦੇ ਵਿਸ਼ਵਾਸ ਨੂੰ ਠੇਸ ਪਹੁੰਚੇ ਪਰ ਸਵੇਤਰੀ ਦੀਆਂ ਦੋ ਧੀਆਂ ਸਨ ਤੇ ਉਹਨਾਂ ਨੂੰ ਉਹਦੇ ਪਤੀ ਦੀ ਕਮਾਈ ਨਾਲ ਹੀ ਬੁਹਉ ਉਠਾਉਣ ਵਿੱਚ ਦਿੱਕਤ ਪੇਸ਼ ਆ ਰਹੀ ਸੀ ਅੱਜਕੱਲ ਕੁਝ ਐਸੀ ਬੇਸ਼ਰਮ ਵਾਅ ਵਗ ਰਹੀ ਹੈ ਹਰ ਮੁੰਡੇ ਦੇ ਮਾਂ ਬਾਪ ਰੱਜੇ ਹੋਣ ਜਾਂ ਭੁੱਖੇ ਕੁੜੀ ਦੇ ਮਾਪਿਆਂ ਤੋਂ ਜਿੰਨਾ ਕੁਝ ਵੱਧ ਤੋਂ ਵੱਧ ਵਟੋਰੇਆ ਜਾ ਸਕੇ ਵਟੋਰਨ ਦਾ ਯਤਨ ਕਰਦੇ ਹਨ ਤੇ ਅਜਿਹਾ ਕਰਦੇ ਆਂ ਕੁੜੀ ਵਾਲੇ ਦੀ ਹੈਸੀਅਤ ਵੱਲੋਂ ਉੱਕਾ ਅੱਖਾਂ ਮੀਟ ਲੈਂਦੇ ਹਨ। ਸਵਿੱਤਰੀ ਨੇ ਹੋਰ ਤਾਂ ਦਾਜ-ਦੇਹ ਦਾ ਜਿਵੇਂ ਕਿਵੇਂ ਪ੍ਰਬੰਧ ਕਰ ਲਿਆ ਪਰ ਜੁਵਾਈਆਂ ਨੂੰ ਦੇਣ ਲਈ ਦੋ ਨਵੇਂ ਸਾਈਕਲ ਖਰੀਦਣ ਦੀ ਕੋਈ ਸਬੀਲ ਨਾ ਬਣੀ। ਉਹ ਕਈ ਦਿਨ ਸੰਗ ਦੀ ਮਾਰੀ ਚੁੱਪ ਰਹੀ ਪਰ ਵਿਆਹ ਦਾ ਦਿਨ ਨੇੜੇ ਆ ਰਿਹਾ ਸੀ। ਪਾਣੀ ਗਲ ਤੱਕ ਪਹੁੰਚਣ ਲੱਗਾ ਤਾਂ ਉਹਨੇ ਇਹਨਾਂ ਸਾਈਕਲਾਂ ਲਈ ਅਮੋਲਕ ਨੂੰ ਸਵਾਲ ਪਾ ਦਿੱਤਾ। ਇੰਝ ਖੜੇ ਪੈਰ ਦੋ ਸਾਈਕਲ ਪੈਦਾ ਕਰ ਦੇਣਾ ਮੌਲਕ ਦੀ ਪ੍ਰੂਖ ਤੋਂ ਬਾਹਰ ਸੀ। ਪਰ ਉਹ ਆਪਣੀ ਪ੍ਰੇਮਿਕਾ ਦੇ ਮੂੰਹੋਂ ਨਿਕਲੀ ਗੱਲ ਭੁੰਜੇ ਨਹੀਂ ਸੀ ਲੱਗਣ ਦੇਣੀ ਚਾਹੁੰਦਾ। ਉਨੇ ਕੇ ਸਾਈਕਲਾਂ ਦੀ ਸੋਚ ਨਾ ਕਰ ਉਹਨਾਂ ਦਾ ਜਮਾ ਮੇਰੇ ਸਿਰ ਅਮੋਲਕ ਕੋਲ ਚੈੱਕ ਕੱਟਣ ਲਈ ਬੈਂਕ ਬੈਲੈਂਸ ਨਹੀਂ ਸੀ ਉਹਨੂੰ ਉਧਾਰ ਦੇਣ ਵਾਲਾ ਵੀ ਕੋਈ ਨਜ਼ਰ ਨਾ ਆਇਆ ਉਹ ਪਾੜ ਲਾਉਣਾ ਨਹੀਂ ਸੀ ਜਾਣਦਾ ਖੀਸੇ ਕੱਟਣਾ ਵੀ ਨਹੀਂ ਪਰ ਉਹਦਾ ਦਿਲ ਤੇ ਦੇਹ ਦੋਵੇਂ ਜਵਾਨ ਸਨ ਉਹਨੇ ਸੋਚਿਆ ਖੋ ਖਿੰਜ ਨਾਲ ਕੰਮ ਚਲਾ ਲਾਂਗੇ 2-300 ਛਿਲਣਾ ਲਈ ਕਿਸੇ ਬੈਂਕ ਤੇ ਡਾਕਾ ਪਾਉਣ ਦੀ ਲੋੜ ਨਹੀਂ ਸੀ ਕਿਸੇ ਸਰਾਫ ਦੀ ਵੀ ਨਹੀਂ ਹਰੀਏ ਦਲਾਲ ਦਾ ਘਰ ਹੀ ਇਹਦੇ ਲਈ ਕਾफी ਸੀ ਉਹ ਤੜਕਸਰ ਮੰਡੀ ਚਲਾ ਜਾਂਦਾ ਸੀ ਤੇ ਪੈਰਾਂ ਦੇ ਪੈਰ ਨਹੀਂ ਸੀ ਮੁੜਦਾ ਉਹਦੀ ਕੋਈ ਇੱਕ ਪੁੱਤਰੀ ਇਸੇ ਤਰ੍ਹਾਂ ਸਕੂਲ ਚ ਪੜ੍ਹਜੀ ਹੁੰਦੀ ਪਿਛੇ ਇਕੱਲੀ ਰਹੀ ਉਹਦੀ ਬੋਟੀ ਰਾਮਵੰਤੀ ਉਹਦਾ ਵਾਰਾ ਨਹੀਂ ਸੀ ਲੈ ਸਕਦੀ ਸਾਈਕਲਾਂ ਦਾ ਇੱਕ ਬਿੱਲ ਤਾਰਨ ਜੋਗੇ ਪੈਸੇ ਜ਼ਰੂਰ ਉਹਦੇ ਕੋਲੋਂ ਨਿਕਲ ਆਉਣਗੇ ਸੋ ਇੱਕ ਦਿਨ ਮੌਕਾ ਤਾੜ ਕੇ ਜਦੋਂ ਹਰੀਆ ਤੇ ਉਹਦੀ ਧੀ ਲੰਬੇ ਹੋ ਗਏ ਉਹਨਾਂ ਦੇ ਘਰ ਜਾਵੜਿਆ ਰਾਮਮਤੀ ਰਾਮਵੰਤੀ ਦਾ ਪਤੀ ਹੀਰਿਆਂ ਦਾ ਵਪਾਰ ਨਹੀਂ ਸੀ ਕਰਦਾ ਆਪਣੀ ਕਬੀਲਦਾਰੀ ਰੁੜਦੀ ਰੱਖਣ ਲਈ ਉਹਨੂੰ ساری ਦਿਹਾੜੀ ਤੁੱਪਾਂ ਕਟਿਆਂ 'ਚ ਖੱਜਲ ਹੋਣਾ ਪੈਂਦਾ ਜੇ ਕੋਈ ਪੈਸਾ ਕੋਲ ਸੀ ਤਾਂ ਉਹਨੂੰ ਉਹ ਹਰਾਮ ਦਾ ਸਮਝ ਕੇ ਕਿਸੇ ਗੈਰ ਦੀ ਝੋਲੀ ਨਹੀਂ ਸੀ ਪਾ ਸਕਦੇ ਫਿਰ ਉਹ ਮੁਟਿਆਰ ਸੀ ਪੰਜਾਬ ਦੀ ਜੰਮਪਾਲ ਦਿਲ ਗੁਰਦੇਵਾਲੀ ਜਦੋਂ ਮੌਲਖ ਨੇ ਉਹਦੇ ਸੰਦੂਕਾਂ ਬਕਸਿਆਂ ਦੀਆਂ ਚਾਬੀਆਂ ਮੰਗੀਆਂ ਤਾਂ ਉਹਨੇ ਅੱਗੋਂ ਸੌ ਛੰਦ ਪੁੱਟ ਕੇ ਕਿਹਾ ਵੀ ਜੇ ਆਦਮੀ ਦਾ ਬੱਚਾ ਹੈ ਭਲੇ ਮਾਨਸੀ ਨਾਲ ਦਹਲੀਜੋਂ ਬਾਹਰ ਹੋ ਜਾ ਮੇਰੇ ਨੇੜੇ ਲੱਗਣ ਦੀ ਹਿੰਮਤ ਨਾ ਕਰੇ ਰਾਮਵਤੀ ਸ਼ੀਣੀਆਂ ਵਰਗੀ ਔਰਤ ਸੀ ਜੇ ਬਰਾਬਰ ਦਾ ਮੁਕਾਬਲਾ ਹੁੰਦਾ ਤਾਂ ਉਹ ਸੌਖੇ ਕੀਤੇ ਹਾਰ ਨਾ ਖਾਂਦੀ ਪਰ ਅਮੋਲਕ ਕੋਲ ਕਿਰਪਾਨ ਸੀ ਤੇ ਇਸ ਤੋਂ ਪਹਿਲਾਂ ਕਿ ਆਪਣੀ ਸੁਰੱਖਿਆ ਬਾਰੇ ਕੁਝ ਸੋਚ ਸਕਦੀ ਉਹਨੇ ਉਹ ਮਿਆਨ ਚੋਂ ਕੱਢ ਕੇ ਹਮਲਾ ਕਰ ਦਿੱਤਾ ਰਾਮਵਤੀ ਨੇ ਉਹਦੇ ਵਾਰ ਆਪਣੀਆਂ ਬਾਹਾਂ ਡਰੋਲਿਆਂ ਤੇ ਲੈਣ ਦੀ ਕੋਸ਼ਿਸ਼ ਕੀਤੀ ਪਰ ਉਹ ਕਿੰਨਾਕ ਸਫਲ ਹੁੰਦੀ ਅਮੋਲਕ ਹਰ ਵਾਰ ਕਿਰਪਾਨ ਦੀ ਨੋਕ ਉਹਦੀ ਛਾਤੀ ਜਾਂ ਗਰਦਨ ਵੱਲ ਸਿੰਨਦਾ ਉਹ ਕਿਤੇ ਨਾ ਕਿਤੇ ਵੱਜ ਹੀ ਜਾਂਦੀ ਇਹ ਤੋਂ ਵੱਡਾ ਉਹਦੀ ਬਹਾਦਰੀ ਦਾ ਕੀ ਸਬੂਤ ਹੋ ਸਕਦਾ ਹੈ ਕਿ ਉਹਨੇ 36 ਜ਼ਖਮ ਖਾ ਕੇ ਹੀ ਆਪਣੇ ਪ੍ਰਾਨ ਛੱਡੇ ਤੇ ਇੰਨੇ ਚੋ ਦੇ ਘਰ ਦਾ ਸਾਰਾ ਵਿਹੜਾ ਲਹੂ ਲੁਹਾਨ ਹੋ ਗਿਆ। ਅਮੋਲਕ ਨੇ ਸੋਚਿਆ ਨਗਦ ਰਕ ਕਮੀ ਲੱਪ ਪਏ ਤਾਂ ਠੀਕ ਹੈ ਹੋਰ ਨਿੱਕੜ ਸੁੱਕੜ ਕੌਣ ਕਿੱਥੇ ਵੇਚਦਾ ਫਿਰੂ। ਹਰੀਏ ਉਹਨਾਂ ਨੇ ਟਰੰਕ ਚ ਰੰਗ ਸਭ ਚਵਾਰੇ ਚ ਸੀ। ਉੱਪਰ ਜਾ ਚੜਿਆ ਪਰ ਇਹ ਤੋਂ ਪਹਿਲਾਂ ਕਿ ਉਹਦਾ ਉਹਦੀ ਫੁੱਲਾ ਫਾਲੀ ਉਹਦੀ ਮੁਠੀ ਗਰਮ ਕਰਦੀ ਹਰੀਏ ਦੀ ਬੱਚੀ ਸਕੂਲੋਂ ਵਾਪਸ ਆ ਕੇ ਤਖਤੇ ਭੰਨਣ ਲੱਗੀ ਉਹਨੂੰ ਅੰਦਰ ਬਾੜਨ ਚ ਦੇਰ ਕੀਤਾ ਮਹੱਲੇ ਦੇ ਲੋਕਾਂ ਨੇ ਇਕੱਠੇ ਹੋ ਜਾਣਾ ਸੀ ਜੋ ਉਹਦਾ ਫਟਾਫਟ ਬਾਤ ਚ ਨਿਕਲਣਾ ਜ਼ਰੂਰੀ ਸੀ ਰਾਮਵੰਤੀ ਨਾਲ ਕੁਲਦਿਆਂ ਉਹਦੀ ਉਹਦਾ ਕਮੀਜ਼ ਲਹੂ ਨਾਲ ਤਰਬਤਰ ਹੋ ਗਿਆ ਸੀ ਉਹਨੇ ਉਹ ਉਤਾਰ ਕੇ ਪਰੰਕ ਕੰਦੋਲੀ ਤੇ ਸੁਟਿਆ ਤੇ ਕੋਲ ਪਈ ਇੱਕ ਖੇਸ ਦੀ ਬੁੱਕਲ ਮਾਰ ਕੇ ਦਰਵਾਜ਼ਾ ਖੋਲ੍ਹਿਆ ਕੁੜੀ ਨੂੰ ਅੰਦਰ ਧੱਕ ਕੇ ਤੇ ਬਾਹਰੋਂ ਕੁੰਡਾ ੜਾ ਕੇ ਚੱਕਵੇਂ ਪਹਿਰੀ ਰਸਤੇ ਪੈ ਗਿਆ ਖਾਲੀ ਹੱਥ ਪੁਲਿਸ ਨੇ ਤਫਤੀਸ਼ ਸ਼ੁਰੂ ਕੀਤੀ ਇੱਕ ਬੰਦੇ ਨੇ ਦੱਸਿਆ ਮੈਂ ਅਮੋਲਕ ਨੂੰ ਹਰੀਏ ਹੋਣਾ ਦੀ ਗਲੀ ਚ ਕਾਹਲੀ ਕਾਹਲੀ ਤੁਰੇ ਜਾਂਦੇ ਆ ਉਹਦੀ ਪਿੱਠ ਤੋਂ ਪਛਾਣਿਆ ਸੀ ਇੱਕ ਚਾਹ ਵਾਲੇ ਨੇ ਕਿਹਾ ਅਮੋਲਕ ਨੇ ਮੇਰੀ ਦੁਕਾਨ ਤੇ ਮੂੰਹ ਹੱਤੋਂ ਤੇ ਸਨ ਲੜਕੀ ਦਾ ਬਿਆਨ ਉਹ ਤੋਂ ਵੀ ਘੱਟ ਲਾਹੇਬੰਦ ਸੀ ਉਹਨਾਂ ਚੋਂ ਕਿਸੇ ਨੇ ਵੀ ਕਤਲ ਹੁੰਦਾ ਨਹੀਂ ਸੀ ਦੇਖਿਆ ਉਹਨਾਂ ਦੀ ਸ਼ਹਾਦਤ ਪੂਰੀ ਤਰ੍ਹਾਂ ਮੰਨੀ ਜਾਣ ਤੇ ਵੀ ਅਮੋਲਕ ਨੂੰ ਕਾਤਲ ਠਹਿਰਾਏ ਜਾਣ ਲਈ ਨਾ ਕਾਫੀ ਸੀ ਪਰ ਇਸ ਸ਼ਹਾਦਤ ਵਿੱਚ ਫੋਰੈਂਸਿਕ ਸਾਇੰਸ ਲੈਬਾਰਟਰੀ ਨੇ ਬਹੁ ਮੁਲਾਕੀਸਾ ਪਾਇਆ ਤੇ ਮੌਲਕ ਦਾ ਚਲਾਨ ਹੋ ਗਿਆ ਹਰੀਏ ਦੀ ਲੜਕੀ ਅਦਾਲਤ ਵਿੱਚ ਪੇਸ਼ ਹੋਈ ਪਰ ਉਸ ਵਿਚਾਰੀ ਨੇ ਮੌਲਕ ਦਾ ਮੂੰਹ ਨਹੀਂ ਸੀ ਲਿਖਿਆ ਉਹਨੂੰ ਤਾਂ ਇੱਕ ਪਾਸਿਓਂ ਬਾਰ ਖੋਲ ਕੇ ਵਖੀ ਪਰਨੇਉਂ ਅੰਦਰ ਧੱਕ ਦਿੱਤਾ ਗਿਆ ਸੀ ਇਕੱਲੇ ਤੌਰ ਤੇ ਕਿਸੇ ਦੀ ਅਚੁੱਕ ਪਛਾਣ ਹੋਣੀ ਅਸੰਭਵ ਹੈ ਸੋ ਦੂਜੇ ਬੰਦੇ ਦੀ ਗਵਾਹੀ ਵੀ ਇਸ ਤਗਾਸੇ ਨੂੰ ਕੋਈ ਵਿਸ਼ੇਸ਼ਕਤੀ ਪ੍ਰਦਾਨ ਨਹੀਂ ਸੀ ਕਰਦੀ ਇਵੀ ਸੋਚਣ ਵਾਲੀ ਗੱਲ ਸੀ ਕਿ ਜੇ ਕੋਈ ਅਪਰਾਧੀ ਲਹੂ ਨਾਲ ਲਿਬੜਿਆ ਹੋਵੇ ਤਾਂ ਰਾਜ ਕਿਸੇ ਅਲੋਬੜ ਦੀ ਦੁਕਾਨ ਤੇ ਪੰਜ ਇਸ਼ਾਰਾ ਕਰਨ ਬੈਠ ਜਾਏਗਾ ਜਾਂ ਸਿੱਧਾ ਘਰ ਨੂੰ ਨੱਠੇਗਾ ਕਿਉਂਕਿ ਮੌਕੇ ਤੇ ਲਹੂ ਬਹੁਤ ਡੁੱਲਿਆ ਸੀ ਉਹਦੇ ਵਿੱਚ ਅਮੌਲਕ ਦੇ ਨੰਗੇ ਪੈਰਾਂ ਦੇ ਨਿਸ਼ਾਨ ਪੈ ਗਏ ਸੀ ਉਂਗਲਾਂ ਦੀਆਂ ਲੀਕਾਂ ਖਰਵੇ ਫਰਸ਼ ਤੇ ਠੀਕ ਤਰ੍ਹਾਂ ਨਾ ਉਗੜ ਸਕੀਆਂ ਇਸ ਲਈ ਉਸ ਵਿਸ਼ੇ ਤੇ ਐਕਸਪਰਟ ਨੇ ਉਹਨਾਂ ਬਾਰੇ ਕੋਈ ਨਿਸ਼ਚਿਤ رائے ਦੇਣ ਤੋਂ ਅਸਮਰਥਤਾ ਪ੍ਰਗਟ ਕਰ ਦਿੱਤੀ ਔਰ ਪੈਰਾਂ ਦੀ ਬਨਾਵਟ ਦੀ ਗੱਲ ਵੱਖਰੀ ਸੀ ਕੋਈ ਪੈਰ ਦਾ ਪੋਟਾ ਕਿਸ ਕੱਦ ਦਾ ਹੈ ਦੂਜੇ ਪੋਟਿਆਂ ਤੋਂ ਕਿੰਨੀ ਵੇਥ ਉੱਤੇ ਹੈ ਪੰਜੇ ਪੋਟੇ ਇੱਕ ਦੂਜੇ ਵੱਲ ਕਿਸ ਤਰ੍ਹਾਂ ਝੁਕਦੇ ਹਨ ਇਹਨਾਂ ਤੱਥਾਂ ਤੇ ਵਿਸ਼ਵਾਸਯੋਗ ਸੰਕੇਤ ਮਿਲਦਾ ਸੀ ਕਿ ਵੇੜੇ ਵਿੱਚ ਤੇ ਪੌੜੀਆਂ ਉੱਤੇ ਅਮੋਲਕ ਦੇ ਪੈਰਾਂ ਦੇ ਹੀ ਨਿਸ਼ਾਨ ਸਨ ਫਿਰ ਉਹੀ ਉਹਦੀ ਬਦਕਿਸਮਤੀ ਕਿ ਆਪਣਾ ਲਹੂ ਨਾਲ ਭਿੱਜਿਆ ਕਮੀਜ਼ ਅਮੋਲਕ ਹਰੀਏ ਦੇ ਘਰ ਛੱਡ ਗਿਆ ਤੇ ਉਸ ਕਮੀਜ਼ ਤੋਂ ਦੋ ਵਾਲ ਉਹਦੀ ਛਾਤੀ ਟੁੱਟ ਟੁੱਟ ਕੇ ਚਿਪਕੇ ਮਿਲ ਗਏ ਜਦੋਂ ਵਾਲੋ ਦੀ ਛਾਤੀ ਤੋਂ ਕੱਟੇ ਹੋਰ ਵਾਲਾਂ ਨਾਲ ਮੇਲੇ ਗਏ ਤਾਂ ਉਹਨਾਂ ਦਾ ਇੱਕੋ ਵਿਅਕਤੀ ਦਾ ਹੋਣਾ ਸਿੱਧ ਹੋ ਗਿਆ ਦੋਹਾਂ ਧਿਰਾਂ ਦੀ ਬਹਿਸ ਸੁਣ ਕੇ ਅਮੋਲਕ ਸਿੰਘ ਨੂੰ ਮੈਂ ਸੈਸ਼ਨ ਜੱਜ ਵਜੋਂ ਰਾਮਵਤੀ ਦੇ ਕਤਲ ਦਾ ਅਪਰਾਧੀ ਤੇ ਜਿਸ ਤਰ੍ਹਾਂ ਬੇਕਿਰਕੋ ਨੇ ਉਸ ਨਹਿੱਥੀ ਔਰਤ ਨੂੰ ਜ਼ਿਬਾ ਕੀਤਾ ਸੀ ਉਹਦੇ ਸਨਮੁਖੋਂ ਨੂੰ ਮੌਤ ਦੀ ਸਜ਼ਾ ਸੁਣਾਈ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਇਸ ਫੈਸਲੇ ਨੂੰ ਦਰਸਤ ਕਰਾਰ ਦਿੱਤਾ ਇਹ ਮੌਲਿਕ ਨੂੰ ਫਾਂਸੀ ਦੇ ਤਖਤੇ ਤੇ ਚੜਨਾ ਪਿਆ ਅੱਜ ਉਹਦੀ ਕਾਮਵਾਸ਼ਨਾ ਦੀ ਤ੍ਰਿਪਤੀ ਦੀ ਕੀਮਤ ਨਰੇ ਦੋ ਸਾਈਕਲ ਦੀ ਬਜਾਏ ਉਹਦੀ ਜਾਨ ਨਾਲ ਇਸ ਕਹਾਣੀ 'ਚ ਦਿੱਤੇ ਸਭ ਨਾਮ ਫਰਜ਼ੀ ਹਨ ਧਰਵਾਦ